15 ਦਸੰਬਰ ਤੋਂ 15 ਜਨਵਰੀ ਤੱਕ ਇਹ ਟੋਲ ਪਲਾਜ਼ੇ ਜਿਹੜੇ ਆ ਫ੍ਰੀ ਕਿਤੇ ਜਾਣਗੇ ਜਿਸ ਦੀ ਸ਼ੁਰੂਆਤ ਹੋ ਚੁੱਕੀ ਆ ਹਾਂਜੀ 1 ਮਹੀਨਾ ਪੂਰਾ ਚੱਲੂਗਾ ਜੀ ਉਸ ਤੋਂ ਬਾਅਦ ਜੋ ਅੱਗੇ ਰਣਨੀਤੀ ਹੋਏਗੀ ਤੇ ਜੋ ਸੂਬੇ ਵੱਲੋਂ ਕਾਲ ਆਏਗੀ ਫਿਰ ਉਸ ਨਾਲ ਉਹ ਸਾਰਨਾ ਚਲਾ ਜਾਏਗਾ ਰਾਘੀਰਾਂ ਦੇ ਲਈ ਕੀ ਜਿਹੜੀ ਇਹ ਰਣਨੀਤੀ ਬਣਾਈ ਗਈ ਹੈ ਜੋ ਇਥੋਂ ਗੁਜ਼ਰਦੀ ਨਾਲੇ ਨਾ ਕੋ ਉਹਨਾਂ ਨੂੰ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਆਣ ਦਿਆਂਗੇ ਬਿਲਕੁਲ ਉਹਨਾਂ ਦੇ ਨਾਲ ਖੜੇ ਆ ਪਬਲਿਕ ਦੇ ਨਾਲ ਖੜੇ ਆ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦਿਆਂਗੇ ਪੂਰਾ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਡਿਊਟੀਆਂ ਲਾਈਆਂ ਜਾਣਗੀਆਂ ਪੂਰੀਆਂ ਡਿਊਟੀਆਂ ਇੱਥੇ ਨੇਭਾਈਆਂ ਜਾਣਗੀਆਂ ਸਾਨੀ ਦਾ ਕਿਸਾਨ ਦਾ ਕੀ ਹਾਲ ਹੈ ਅਸੀਂ ਸਰਕਾਰਾਂ ਚ ਹੁੰਦੇ ਆ ਤੇ ਅਸੀਂ ਧਰਨੇ ਲਾਉਂਦੇ ਆ ਕਿਸਾਨਾਂ ਨੂੰ ਹਮੇਸ਼ਾ ਸਰਕਾਰਾਂ ਨੂੰ ਲੁੱਟਣ ਵਾਸਤੇ ਹੀ ਬਣਦੀ ਆ ਜਦੋਂ ਤੱਕ ਨੇਤਾ ਬਣਨ ਵਾਸਤੇ ਆਉਂਦੇ ਉਹ ਤੋਂ ਜਨਤਾ ਦੇ ਵਿੱਚ ਸਾਡੇ ਅੱਗੇ ਹੱਥ ਜੋੜਦੇ ਆ ਤੇ ਹੁਣ ਸਾਡਾ ਹਾਲਾਤ ਕਿਸਾਨਾਂ ਦਾ ਹੱਥ ਜੋੜਨ ਵਾਲਾ ਹੋਇਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਪੰਜਾਬ ਮੈਂ ਹਾਂ ਰਵਿੰਦਰ ਤਨੇਜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ 18 ਟੋਲ ਪਲਾਜ਼ਿਆਂ ਨੂੰ ਇੱਕ ਮਹੀਨੇ ਦੇ ਲਈ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ 15 ਦਸੰਬਰ ਤੋਂ 15 ਜਨਵਰੀ ਤੱਕ ਇਹ ਟੋਲ ਪਲਾਜ਼ੇ ਜਿਹੜੇ ਐ ਫ੍ਰੀ ਕਿਤੇ ਜਾਣਗੇ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਦੋ ਟੋਲ ਪਲਾਜ਼ੇ ਐ ਸਰਹੱਦੀ ਇਲਾਕਾ ਔਰ ਮਾਮੂ ਜਈਆ ਤੇ ਥੇਕਲੰਦਰ ਟੋਲ ਪਲਾਜ਼ੇ ਐ ਜੋ ਕਿ ਬੀਤੇ ਲੰਬੇ ਸਮੇਂ ਤੋਂ ਇਹ ਰੋਡ ਤੇ ਚੱਲ ਰਹੇ ਐ ਤਾਂ ਅਸੀਂ ਇਸ ਟਾਈਮ ਮਾਮੂ ਜੀਆ ਟੋਲ ਪਲਾਜ਼ਾ ਤਾ मामू जी ਟੋਲ ਪਲਾਜ਼ਾ ਤੇ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਗੱਲ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਇੱਕ ਮਹੀਨੇ ਤੱਕ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੱਲੇਗਾ ਜਿਸ ਦੌਰਾਨ ਜਿਹੜਾ ਹੈਗਾ ਪਰਚੀ ਜਿਹੜੀ ਹੈ ਟੋਲ ਪਰਚੀ ਉਹ ਨਹੀਂ ਲੱਗੇਗੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਉਸ ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ मामੂ ਜੀ ਆ ਟੋਲ ਪਲਾਜ਼ਾ ਜਿੱਥੇ ਕਿਸਾਨ ਪਹੁੰਚ ਚੁੱਕੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਪਹੁੰਚ ਚੁੱਕੇ ਆ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਉਸ ਐਲਾਨ ਦੇ ਤਹਿਤ ਜਿਹੜੀ ਟੋਲ ਪਰਚੀ ਆ ਉਹ ਬੰਦ ਕਰ ਦਿੱਤੀ ਗਈ ਹੈ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੈ ਕਿਸਾਨਾਂ ਦਾ ਇਹ ਜੋ ਧਰਨਾ ਪ੍ਰਦਰਸ਼ਨ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਕਿੰਨੇ ਦਿਨ ਵਾਸਤੇ ਹੈ ਜੀ ਜੀ ਪ੍ਰਧਾਨ ਜੀ ਕਿੰਨੀ ਦਿਨ ਵਾਸਤੇ ਹੈ ਧਰਨਾ ਪ੍ਰਦਰਸ਼ਨ ਇਹ ਜੀ ਪੂਰਾ 1 ਮਹੀਨਾ ਵਾਸਤੇ ਹੈ ਜੀ ਹਾਂਜੀ 1 ਮਹੀਨਾ ਪੂਰਾ ਚੱਲੂਗਾ ਜੀ ਉਸ ਤੋਂ ਬਾਅਦ ਜੋ ਅੱਗੇ ਰਣਨੀਤੀ ਹੋਏਗੀ ਤੇ ਜੋ ਸੂਬੇ ਵੱਲੋਂ ਕਾਲ ਆਏਗੀ ਫਿਰ ਉਸ ਨਾਲ ਉਹ ਸਾਹਮਣਾ ਚਲਾ ਜਾਏਗਾ ਕਿ ਪਰਚੀ ਹੁਣ ਇਸ ਟਾਈਮ ਜਿਹੜੀ ਆ ਫ੍ਰੀ ਕਰ ਦਿੱਤੀ ਗਈ ਬਿਲਕੁਲ ਜੀ ਪਰਚੀ ਫ੍ਰੀ ਕਰਤੀ ਕੋਈ ਟੂਲ ਭਲਾ ਜਾਨੀ ਲੱਗੇਗਾ ਕਿਸੇ ਨੂੰ ਵੀ ਕਿਸੇ ਨੂੰ ਨਹੀਂ ਲੱਗੇਗਾ ਜੀ ਹਾਂਜੀ ਦਿਨ ਕਿ ਭਰ ਰਾਤ ਹੋਏਗਾ ਜੀ ਅੱਛਾ ਰਾਹਗੀਰਾਂ ਦੇ ਲਈ ਕੀ ਜਿਹੜੀ ਇਹ ਰਣਨੀਤੀ ਬਣਾਈ ਗਈ ਹੈ ਜੋ ਇਥੋਂ ਗੁਜ਼ਰਦੇ ਵੇਖੋ ਜੀ ਰਾਹ ਰੀਤਾਂ ਵਾਸਤੇ ਜਿਹੜੀ ਇਹ ਰਣਨੀਤੀ ਹੈ ਉਹ ਬਿਲਕੁਲ ਫ੍ਰੀ ਨੇ ਨਾਲੇ ਨਾ ਕੋ ਉਹਨਾਂ ਨੂੰ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਆਣ ਦਿਆਂਗੇ ਬਿਲਕੁਲ ਉਹਨਾਂ ਦੇ ਨਾਲ ਖੜੇ ਆ ਪਬਲਿਕ ਦੇ ਨਾਲ ਖੜੇ ਆ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦੇਵਾਂਗੇ ਜੀ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ ਹਾਲਾਂਕਿ ਗੱਲ ਕੀਤੀ ਜਾਵੇ ਤਾਂ ਇੱਕ ਮਹੀਨਾ ਜੋ ਇਸ ਰੋਡ ਤੋਂ ਲੋਕ ਗੁਜ਼ਰਦੇ ਆ ਉਹਨਾਂ ਦੇ ਵਾਸਤੇ ਫ੍ਰੀ ਹੈ ਹੁਣ ਜਿਹੜਾ ਇੱਕ ਮਹੀਨਾ ਉਹਨਾਂ ਨੂੰ ਟੋਲ ਦਾ ਭੁਗਤਾਨ ਜਿਹੜਾ ਉਹ ਨਹੀਂ ਕਰਨਾ ਪਏਗਾ ਹੋਰ ਵੀ ਕਿਸਾਨ ਇੱਥੇ ਮੌਜੂਦ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਕਹਣਾ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਸਾਊਂਡ ਸਿਸਟਮ ਜਿਹੜਾ ਹੈ ਉਹ ਸੈੱਟ ਕੀਤਾ ਜਾ ਰਿਹਾ ਹੈ ਕਿਉਂਕਿ ਤਿਆਰੀ ਹੈ ਜਿਹੜੀ 1 ਮਹੀਨੇ ਦੀ ਹੈ 1 ਮਹੀਨਾ ਲਗਾਤਾਰ ਇਹ ਧਰਨੇ ਪ੍ਰਦਰਸ਼ਨ ਚੱਲਨੇ ਆ ਜੀ ਖਾਲਸਾ ਜੀ ਕੀ ਕਹੋਗੇ ਹਾਂਜੀ ਵੀਰ ਜੀ ਤਿਆਰੀ ਤਾਂ ਪੂਰੀ ਕਰਕੇ ਆਏ ਆ ਸਾਊਂਡ ਸਿਸਟਮ ਇੱਥੇ ਤੰਬੂ ਲਾਇਆ ਜਾਵੇਗਾ ਇੱਥੇ ਤੇ ਪੂਰਾ ਰਹਿਣ ਦਾ ਪ੍ਰਬੰਧ ਹੋਵੇਗਾ ਰਾਤ ਦਾ ਸੌਣ ਦਾ ਵੀ ਪੂਰਾ ਪ੍ਰਬੰਧ ਹੋਵੇਗਾ ਪੂਰਾ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਡਿਊਟੀਆਂ ਲਾਈਆਂ ਜਾਣਗੀਆਂ ਪੂਰੀਆਂ ਡਿਊਟੀਆਂ ਇੱਥੇ ਨਿਭਾਈਆਂ ਜਾਣਗੀਆਂ ਕਿਸਾਨੀ ਦਾ ਕਿਸਾਨ ਦਾ ਕੀ ਹਾਲ ਹੈ ਅਸੀਂ ਸਰਕਾਰਾਂ ਚੁੰਨੇ ਆ ਤੇ ਅਸੀਂ ਧਰਨੇ ਲਾਉਂਦੇ ਫਿਰ ਜੀ ਐਦਾਂ ਲੱਗਦਾ ਹੈ ਕਿਸਾਨਾ ਕਿਸਾਨਾਂ ਨੂੰ ਹਮੇਸ਼ਾ ਸਰਕਾਰਾਂ ਲੁੱਟਣ ਵਾਸਤੇ ਹੀ ਬਣਦੀਆਂ ਅਸੀਂ ਜਿਹੜੇ ਆ ਸਰਕਾਰਾਂ ਚੁੰਨਦੇ ਆ ਤੁਸੀਂ ਕਹੇ ਵੀ ਅਸੀਂ ਸਰਕਾਰਾਂ ਚੁੰਨਦੇ ਆ ਤੇ ਅਸੀਂ ਧਰਨੇ ਲਾਉਂਦੇ ਕਾਰਨ ਕੀ ਹੈ ਜਦੋਂ ਤੱਕ ਨੇਤਾ ਬਣਨ ਵਾਸਤੇ ਆਉਂਦੇ ਉਦੋਂ ਜਨਤਾ ਦੇ ਵਿੱਚ ਸਾਡੇ ਅੱਗੇ ਹੱਥ ਜੋੜਦੇ ਆ ਤੇ ਹੁਣ ਸਾਡਾ ਹਾਲਾਤ ਕਿਸਾਨਾਂ ਦਾ ਹੱਥ ਜੋੜਨ ਵਾਲਾ ਹੋਇਆ ਬਸ ਬਸ ਕੁਰਸੀ ਦਾ ਨਸ਼ਾ ਵੀਰ ਜੀ ਇਹੋ ਜਿਹਾ ਹੈ ਪਤਾ ਨਹੀਂ ਇਹ ਕੁਰਸੀ ਤੇ ਬੈਠ ਕੇ ਇਹਨਾਂ ਲੀਡਰਾਂ ਨੂੰ ਕੀ ਹੋ ਜਾਂਦਾ ਹੈ ਬਸ ਉਸੇ ਕੁਰਸੀ ਜੋਗੇ ਰਹਿ ਜਾਂਦੇ ਆ ਤੇ ਜਿਨ੍ਹਾਂ ਨੇ ਕੁਰਸੀ ਤੇ ਬਿਠਾਇਆ ਉਹਨਾਂ ਨੂੰ ਭੁੱਲ ਜਾਂਦੇ ਆ ਤੇ ਇਹਨਾਂ ਨੂੰ ਉਹਨਾਂ ਲੋਕਾਂ ਨੂੰ ਯਾਦ ਦਿਵਾਉਣ ਵਾਸਤੇ ਉਸ ਜਨਤਾ ਨੂੰ ਯਾਦ ਦਿਵਾਉਣ ਵਾਸਤੇ ਸਾਨੂੰ ਧਰਨੇ ਲਾਉਣੇ ਪੈਂਦੇ ਆ ਵੀ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਤੇ ਕੁਰਸੀ ਤੁਹਾਡੇ ਕੋਲੋਂ ਖੋ ਵੀ ਲਈ ਜਾਵੇਗੀ ਤੇ ਇਸੇ ਤਰ੍ਹਾਂ ਕਈ ਲੀਡਰ ਆਪਣੀ ਕੁਰਸੀ ਖਵਾ ਵੀ ਚੁੱਕੇ ਆ ਤੇ ਅਸੀਂ ਅੱਜ ਵੀ ਇਹਨਾਂ ਸਰਕਾਰਾਂ ਨੂੰ ਇਹ ਜਗਾਉਣਾ ਚਾਹੁੰਦੇ ਆਂ ਵੀ ਅਸੀਂ ਤੁਹਾਨੂੰ ਤਖਤ ਦੇ ਉੱਤੇ ਬਿਠਾਇਆ ਜੇਕਰ ਤੁਸੀਂ ਤਖਤ ਦੇ ਉੱਤੇ ਬੈਠ ਕੇ ਸਹੀ ਕੰਮ ਨਾ ਕੀਤਾ ਤਾਂ ਅਸੀਂ ਲਾਹਣਾ ਵੀ ਜਾਣਦੇ ਆਂ ਇਸੇ ਲਈ ਅਸੀਂ ਸੰਘਰਸ਼ ਕਰਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆਂ ਜਾਗ ਲਓ ਜਨਤਾ ਨੂੰ ਯਾਦ ਕਰ ਲਓ ਨਹੀਂ ਤਾਂ ਅਸੀਂ ਤਖਤ ਦੇ ਤੋਂ ਲਾ ਕੇ ਥੱਲੇ ਸਿੱਟ ਦਿਆਂ। ਬਿਲਕੁਲ ਇਤਿਹਾਸ ਗਵਾ ਹੈ ਜਿਹੜੇ ਲੀਡਰ ਜਾਂ ਜਿਹੜੀਆਂ ਸਰਕਾਰਾਂ ਜਨਤਾ ਨੂੰ ਭੁੱਲ ਜਾਂਦੀਆਂ ਤਾਂ ਕਿਤੇ ਨਾ ਕਿਤੇ ਜਨਤਾ ਵੀ ਉਹਨਾਂ ਨੂੰ ਭੁਲਾ ਦਿੰਦੀ ਹੈ ਖੈਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ 15 ਦਸੰਬਰ ਤੋਂ 15 ਜਨਵਰੀ ਤੱਕ मामू ਜੀਆ ਟੋਲ ਪਲਾਜ਼ਾ ਤੇ ਧਰਨਾ ਪ੍ਰਦਰਸ਼ਨ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇਸ ਦੌਰਾਨ ਟੋਲ ਪਰਚੀ ਜਿਹੜੀ ਆ ਉਹ ਨਹੀਂ ਲੱਗੇਗੀ ਔਰ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਨ ਦਿੱਤੀ ਜਾਏਗੀ ਇਹ ਐਲਾਨ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਤਾਂ ਫਿਲਹਾਲ ਦਿਨ ਪਰ ਰਾਤ ਦੇ ਤਰਨੇ ਜਿਹੜੇ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਸਾਨ ਜਿਹੜੇ ਆ ਉਹ ਡੱਟ ਚੁੱਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਜਦ ਤੱਕ ਮੰਗਾਂ ਨਹੀਂ ਮੰਨਦੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਪੰਜਾਬ ਭਰ ਦੇ ਵਿੱਚ ਚੱਲਦੇ ਰਹਿਣਗੇ ਵੀਡੀਓ ਜਰਨਲਿਸਟ ਮੋਤੀ ਪਹਜ ਦੇ ਨਾਲ ਅਰਵਿੰਦਰ ਤਨੇਜਾ ਸਾਝਾ ਟੀਵੀ ਪੰਜਾਬ